ਇਹ ਜੋ ਗੁਰੂ ਨਾਨਕ ਜਹਾਜ਼ ਦਾ 110 ਸਾਲਾ ਜਿਸ ਦੇ ਬਾਰੇ ਇਤਿਹਾਸ ਦੇ ਪੰਨਿਆਂ 'ਤੇ ਬਹੁਤ ਅਹਿਮ ਜਾਣਕਾਰੀ ਹੈ, ਪਰ ਬਹੁਤ ਕੁਝ ਹੋਰ ਵੀ ਹੈ ਜਿਹੜਾ ਉਸ ਵਿੱਚ ਨਹੀਂ ਅੰਕਿਤ, ਜਿਸ ਦੇ ਬਾਰੇ ਸਾਨੂੰ ਸੁਚੇਤ ਹੋਣਾ ਚਾਹੀਦਾ। ਉਸ ਸੰਬੰਧ ਦੇ ਵਿੱਚ ਇਹ ਸਿਰਫ ਇੱਕ ਈਵੈਂਟ ਦੇ ਤੌਰ 'ਤੇ ਨਹੀਂ, ਇਹ ਇੱਕ ਖਾਸ ਮਕਸਦ ਦੇ ਤੌਰ 'ਤੇ ਰੱਖਿਆ ਗਿਆ ਪ੍ਰੋਗਰਾਮ ਹੈ। ਕਿਉਂਕਿ ਜਦੋਂ ਸਾਨੂੰ ਇਹ ਪਤਾ ਲੱਗਦਾ ਕਿ ਕੈਨੇਡਾ ਦੀ ਧਰਤੀ 'ਤੇ ਜਿਹੜਾ ਉਹ ਜਹਾਜ਼ ਵਾਪਸ ਮੋੜਿਆ ਗਿਆ, ਉਹ ਜਹਾਜ਼ ਉਹ ਸਾਡੇ ਵਿਰਸੇ ਦੇ ਨਾਲ, ਇਤਿਹਾਸ ਦੇ ਨਾਲ ਜੁੜਿਆ ਕੇਵਲ ਇੱਕ ਸਮੁੰਦਰੀ ਬੇੜਾ ਨਹੀਂ, ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਸਰਬੱਤ ਦੇ ਭਲੇ 'ਤੇ ਸਾਰਿਆਂ ਨੂੰ ਕਲਾਵੇ 'ਚ ਲੈਣ ਵਾਲਾ ਇੱਕ ਐਸਾ ਬੋਹਿਤ ਹੈ, ਜਿਸ ਬਾਰੇ ਅਸੀਂ ਹਮੇਸ਼ਾ ਅਰਦਾਸ ਵੀ ਕਹਿੰਦੇ ਹਾਂ ਕਿ ਸੰਸਾਰ ਤੋਂ ਵੀ ਉਹ ਬੋਹਿਤ ਪਾਰ ਕਰਦਾ, ਅਧਿਆਤਮਿਕ ਤੌਰ 'ਤੇ ਵੀ। ਸੋ ਬਾਬਾ ਗੁਰਦਿੱਤ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨੇ, ਜਿਨ੍ਹਾਂ ਦੀਆਂ ਤਸਵੀਰਾਂ 'ਤੇ ਇਹ ਮੈਮੋਰੀਅਲ ਜਿਹੜਾ ਬਣਿਆ ਹੋਇਆ, ਉਹ ਇੱਕ ਇਤਿਹਾਸਿਕ ਪੱਖ ਹੈ ਜੋ ਉਹਨਾਂ ਨੇ ਕੀਤਾ। ਅੱਜ ਉਹਨਾਂ ਦੇ ਲਿਖਤਾਂ ਨੂੰ ਵੀ ਅਸੀਂ ਸਾਂਝਾ ਕਰਨਾ। ਵੱਖ ਵੱਖ ਕਮਿਊਨਿਟੀ ਸਾਡੇ ਨਾਲ ਨੇ ਜਿਨ੍ਹਾਂ ਨੇ ਇਸ ਮੌਕੇ 'ਤੇ, ਚਾਹੇ ਉਹ ਸਾਡਾ ਇੰਡੀਜਨਸ ਭਾਈਚਾਰਾ, ਮੂਲ ਨਿਵਾਸੀ ਜਿਨ੍ਹਾਂ ਦੀ ਧਰਤੀ ਹੈ, ਜਿਹਨੂੰ ਅਸੀਂ ਰੈਕੋਗਨਾਈਜ਼ ਕਰਨਾ। ਪਰ ਉਸ ਤੋਂ ਪਹਿਲਾਂ, ਸਾਰਿਆਂ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਾਂਗਾ ਗੁਰਦੁਆਰਾ ਸਾਹਿਬ ਖਾਲਸਾ ਦਰਬਾਰ BC, ਜਿਨ੍ਹਾਂ ਨੇ ਜਦੋਂ ਅਸੀਂ ਇਹ ਪ੍ਰੋਗਰਾਮ ਉਲੀਕਣ ਦਾ ਫੈਸਲਾ ਕੀਤਾ, ਮੁੱਢਲੇ ਤੌਰ 'ਤੇ ਬੜਾ ਸਹਿਯੋਗ ਦਿੱਤਾ, ਜਿਨ੍ਹਾਂ ਦੇ ਵਿੱਚੋਂ ਭਾਈ ਸਾਹਿਬ ਭਾਈ ਹਰਿੰਦਰ ਸਿੰਘ ਜੀ ਸੋਹੀ ਗੁਰਦੁਆਰਾ ਸਾਹਿਬ ਦੇ ਨੁਮਾਇੰਦੇ ਦੇ ਤੌਰ 'ਤੇ ਆ ਕੇ ਜੀ ਆਇਆਂ ਨੂੰ ਆਖਣਗੇ। ਪ੍ਰੋਗਰਾਮ ਦੀ ਜਿਹੜੀ ਇੱਕ ਵਿਲੱਖਣਤਾ ਹੈ, ਉਹ ਤੁਸੀਂ ਕੁਝ ਪਲਾਂ ਦੇ ਵਿੱਚ ਖੁਦ ਨੋਟ ਕਰੋਗੇ, ਕਿਉਂਕਿ ਇਹ ਇੱਕ ਇਤਿਹਾਸਿਕ ਪੱਖ ਨੂੰ ਪੇਸ਼ ਕਰਦੀ ਹੋਈ ਗੱਲ ਹੋਏਗੀ। ਖਾਸ ਤੌਰ 'ਤੇ ਜਿਹੜੀਆਂ ਲਿਖਤਾਂ ਨੇ, ਕਿਤਾਬਾਂ ਨੇ, ਉਹਨਾਂ ਦੇ ਬਾਰੇ ਵੀ ਅਤੇ ਹੋਰ ਪਹਿਲੂ। ਸੋ ਸ਼ੁਰੂਆਤ ਦੀ ਜਿਹੜੀ ਹੈ, ਅਸੀਂ ਉਹਨਾਂ ਸੰਸਥਾਵਾਂ ਦੇ, ਜਿਨ੍ਹਾਂ ਦੇ ਸਾਰਿਆਂ ਦੇ ਸਹਿਯੋਗ ਲਈ ਧੰਨਵਾਦ ਕਰਦੇ ਹਾਂ, ਅੱਗੇ ਜਾ ਕੇ ਵਿਸਥਾਰ 'ਚ ਦੱਸਾਂਗੇ। ਸੋ ਆਰੰਭ ਦੇ ਵਿੱਚ ਮੈਂ ਗੁਜ਼ਾਰਿਸ਼ ਕਰਦਾ, BC ਖਾਲਸਾ ਦਰਬਾਰ ਉਹਨਾਂ ਦੇ ਸੇਵਾਦਾਰ ਆਪ ਜੀ ਦੇ ਸਨਮੁੱਖ ਹੋਣ ਅਤੇ ਵੈਲਕਮ ਜੀ ਆਇਆਂ ਨੂੰ ਸ਼ਬਦ ਸਾਂਝੇ ਕਰਨਗੇ। ਉਸ ਤੋਂ ਬਾਅਦ ਅਸੀਂ ਜਿਸ ਤਰ੍ਹਾਂ ਇੱਕ ਜਹਾਜ਼ ਜਦੋਂ ਚੱਲਿਆ ਸੀ, ਉਹਦਾ ਅੱਗੇ ਇਤਿਹਾਸ ਵੀ ਡਾਕਟਰ ਗੁਰਦੇਵ ਸਿੰਘ ਸਿੱਧੂ ਜੀ ਸਾਡੇ ਨਾਲ ਨੇ, ਹੋਰ ਹਿਸਟੋਰੀਅਨ ਸਾਡੇ ਨਾਲ ਨੇ ਦੱਸਣਗੇ। ਉਹ ਜਹਾਜ਼ ਜਦੋਂ ਸ਼ੁਰੂ ਹੋਇਆ, ਆਰੰਭ ਹੋਇਆ, ਉਸ ਵੇਲੇ ਵੀ ਬਕਾਇਦਾ ਅਰਦਾਸ ਹੋਈ, ਅਰਦਾਸ ਹੀ ਸਾਡੀ ਹੋਏਗੀ, ਅਸੀਂ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਵਾਂਗੇ। ਸੋ ਸੋਈ ਸਾਹਿਬ ਚੰਦ ਸ਼ਬਦ ਸਾਂਝੇ ਕਰਨਗੇ ਜੀ ਆਇਆਂ ਨੂੰ ਜੀ।